दस बज गए तो जवीर ने पहले पिठे वड्डे आ तो जवी कल थोड़ी जी जी है ना वड्डी सी तो फिर मामू जी उन्होंने धड़ लपा चले गए फिर से तबीयत नहीं सी ठीक तो फिर धड़ लपा चले गए धड़ लिपी तो फिर ये रह गई सी तो ए मजदूर भाई आया वा तो नाले इन्होंने पट्ठे दिते तो नाल जवीर कहते कि मैं ना थोड़े जवी पढ़ा देना वा तो मैं चाय बना के लग आई हाँ हाँ जी अज वैसे मौसम कल नालों तो नहीं कल ज्यादा ठंडा सी लेकिन अज थोड़ी धुप है ठंडे ठंडे काम खत्म हो गया चलो कोई नहीं ਲੱਗ ਗਈ ਕੋਈ ਨਹੀਂ ਨਾ ਫਲ ਜਾਂ ਫਸਲ ਇਹਨਾਂ ਦੇ ਬਾਗ ਦਾ ਰੇਟ ਵੀ ਕੋਈ ਨਹੀਂ ਨਾ ਜਾਂ ਤਾਂ ਕਰਕੇ ਪੜਦਾ ਨਜ਼ਰ ਬਾਹਰ ਚੋ ਰਹਾ ਬਸ ਤਾਂ ਹੀ ਪੱਟਿਆ ਹੁਣ ਰੇਟ ਹੀ ਕੋਈ ਸਾਡਾ ਤਕਰੀਬਨ ਉਹ ਜਿਹੜੇ 2 ਕਿੱਲੇ 25000 ਦੇ ਵੀ ਕੇ ਮੈਂ ਤਾਂ ਕੋਈ ਸਾਡੇ ਨਹੀਂ ਹੱਥੋਂ ਫਸਲ ਬਈ ਨਹੀਂ ਤੀਆਂ ਨਾਲ ਉਹ ਹੁਣ ਹੱਤੇ ਵਢਾਈ ਆ ਤਕਰੀਬਨ 4 ਬੋਰੀਆਂ ਲਾ ਗਏ ਉਹ ਮੈਂ ਗੱਲ ਕਰਦਾ ਲੇਕਿਨ ਤੁਸੀਂ ਅੱਜ ਵੀ ਪਤਾ ਕੀ ਕਰੋ ਧੁੱਪ ਹਲਕੀ ਹਲਕੀ ਨਿਕਲੀ ਆ ਸ਼ਾਇਦ ਜ਼ਿਆਦਾ ਹੋ ਜਾਏ 10 ਵਜੇ ਆ ਤੇ ਤੁਸੀਂ ਇਹਨੂੰ ਪਾ ਕੇ ਖਾਦ ਤੇ ਪਾਣੀ ਲਗਾ ਦਿਓ चलो पी लो चाय मैं हिबा नु हीरा नु फुफो को बिठा के आई अच्छा यहाँ से ना दूध गर्म कर रही है हीरा बेटी वास्ते क्योंकि हीरा तबीयत बहुत ज्यादा खराब है उन्होंने लेकर चले डॉक्टर को तबीयत बहुत ज्यादा खराब है हाँ जी ते नाल नोजी भी बहुत आ रही है ते नक च पानी चल रहा वा ते बुखार दे विच सिर्फ कही जा रही है बाबा आजो हाँ जी बस अपने बाबा नु आवाजा ले जा रही अज अपनी मम्मा पास भी नहीं ना जा रही मेरे को ही ना की हाँ जी बाबा तो मन जा करो होने में लग चला अपन बैठे हाँ जी फिर अभी चेंज की थी या कपड़े चेंज की थे मुँह तो तवन लाई तो नहीं चलो ना बाहर निकलो दरवाजा ला लेना हाँ जी चलाओ चलिए पैदल जाना हीरा हैं नहीं नहीं इसकी कोई चक्की नहीं पली नहीं मैं थोड़ी पली कोई नहीं चक्की मेरी पली भी शायद उधर पाँव है पली हो गए आजो चलिए आजो 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 ओ किन्नी लेबर लगी हुई है तो उन्हें आए थे तकरीबन 2-2.5 किले इकट्ठे पर उन्होंने कर भी लिया बस 2 पेड़ लाने ना इतनी जल्दी इकट्ठे हो जाने चलो आ जाओ बैठो चाबी दे दे मैनू पापा को दे दो फिर चलानी तुसी दे दे बेटा दे दो पापा को दे दो तू चली दे दे देखो ना इस पास्ता पे जाना नहीं चल लोगी उठ उठ जा चल पापा आ जा पापा तो आड़े गोली है बेटा ना का चलो आ जाओ बनाया नहीं है हैं बनाया नहीं की हां जी आ देखो
ਮੋਇਜ਼ ਹੀ ਰਹਿ ਗਈ ਇੱਥੇ ਇਹ ਪਤਾ ਨਹੀਂ ਮੋਇਜ਼ ਨੇ ਕਦੋਂ ਇੱਥੇ ਰੱਖੀ ਹੋਈ ਆ ਕੋਈ ਪਤਾ ਨਹੀਂ ਹਾਂਜੀ ਕੀ ਮਸਲਾ ਬਣ ਗਿਆ ਉਹ ਉਹ ਨੋਜ਼ੀ ਸਾਫ਼ ਕਰੋ ਬੇਟੇ ਦੀ ਨੋਜ਼ੀ ਬਹੁਤ ਆ ਰਹੀ ਆ ਹੁਣ ਗੱਲਾਂ ਆਈਆਂ ਹੀਰਾ ਚਲੀਏ ਕਿੱਥੇ ਚੱਲੇ ਹੋ ਨਾਨੀ ਪਾਸ ਦੂਰ ਨਾਨੀ ਕੋਲ ਜਾਣਾ ਹੈ ਨਾਨੀ ਬੁਲਾ ਰਹੀ ਹੈ ਨਾਨੀ ਕਹਿੰਦੀ ਆ ਜਾਓ ਨਾਨੀ ਤਰਜ਼ਾਨਾ ਕਾਲ ਕਰਦੀ ਆ ਜੀ ਲੱਕੜਾਂ ਰੱਖ ਕੇ ਨਗਾਈਆਂ ਸੀ ਤੇ ਯਾਨੀ ਕਿ ਉਹ ਦੁਆਰਾ ਬਹਿ ਗਈ ਗੱਡੀ ਥੱਲੇ ਲੱਗ ਜਾਂਦੀ ਉੱਥੇ ਹਲਕਾ ਮਟੀਰੀਅਲ ਲਾਉਂਦੇ ਆ ਹਾਂਜੀ ਉਹ ਖਾਲ ਸਾਰਾ ਪੂਰ ਹੋ ਗਿਆ ਤੇ ਨੀਰੀ ਨਹੀਂ ਆਈ ਏਡੀ ਡਾਕਟਰ ਦੇ ਕੋਲ ਹੀਰਾ ਬੇਟੀ ਲੈ ਕੇ ਤੇ ਜਿਹੜਾ ਅਗਲਾ ਸੀਨ ਆਪਣੇ ਮੈਨੂੰ ਮਾਈਆਂ ਨੇ ਸ਼ੇਅਰ ਕਰਾ ਇੱਧਰ ਦੀ ਪਾ ਲਓ ਅੱਛਾ ਅੱਛਾ ਹੀਰਾ ਬੇਟੀ ਦੀ ਦਵਾਈ ਅਸੀਂ ਲੈ ਲਈ ਆ ਤੇ ਹੁਣ ਅਸੀਂ ਵਾਪਸ ਜਾ ਰਹੇ ਹਾਂ ਘਰ ਤਿੰਨ ਰਸਤੇ 'ਚ ਬਸਤੀ ਆ ਤੋਂ ਅਸੀਂ ਅੰਡ ਲੈ ਕੇ ਜਾਣੇ ਹਾਂ ਅਤੇ ਪਤਾ ਕਰਦੇ ਹਾਂ ਅੰਡ ਹੈ ਜੀ ਨਹੀਂ ਹੈ ਨਿੱਕਾ ਜਿਹਾ ਬੱਚਾ ਆ ਤਾਂ ਰਿਹਾ ਲੇਕਿਨ ਬੱਚਾ ਸ਼ਰਮਾਉਂਦਾ ਵੀ ਆ ਮੋਈ ਦੇ ਸਕੂਲੇ ਪੜ੍ਹਦਾ ਹੈ ਅੱਛਾ ਤਾਂ ਕਰਕੇ ਨਾ ਸ਼ਰਮਾ ਰਿਹਾ ਹੁਣ ਅਤੇ ਜੇ ਅੰਡੇ ਮਿਲ ਗਏ ਤਾਂ ਠੀਕ ਹੈ ਜੇ ਨਾ ਮਿਲੇ ਤਾਂ ਘਰ ਜਾਂਦੇ ਹਾਂ ਹੁਣ ਵੀ ਇਹਦੇ ਨਹੀਂ ਖੇਡਦਾ ਮੇਰੇ ਬੇਟਾ ਨਾ ਨਾ ਮੇਰਾ ਬੇਟਾ ਇਸ ਤਰ੍ਹਾਂ ਨਾ ਕਰੇ ਬੁਰੀ ਬਾਤ ਇਸ ਤਰ੍ਹਾਂ ਨਹੀਂ ਕਰੀਦੀ ਉਹ ਵੀ ਉੱਥੇ ਖੜਾ ਹੋ ਗਿਆ ਡਾਂਟਾ ਉਹ ਦੇਖਦਾ ਦੇਖ ਲਓ ਉਹਨੇ ਘਰ ਦੇ ਕੋਲ ਕਿਆਰੀਆਂ ਬਣਾ ਕੇ ਨਾ ਮਿਰਚਾਂ ਲਾਈਆਂ ਹੋਈਆਂ ਉਹ ਜਿਹੜਾ ਹਾਲ ਤਾਂ ਬਾਈ ਆਪਣੇ ਘਰ ਕੰਮ ਨਹੀਂ ਕਰਨ ਜਾਂਦਾ ਇਹ ਸਾਹਮਣੇ ਉਹਨਾਂ ਦਾ ਘਰ ਆ ਹਾਂ ਹਾਂਜੀ ਉਹਨਾਂ ਦਾ ਘਰ ਹਾਂਜੀ ਆ ਸੋਚ ਮੁੱਖੀਆ ਲਾਇਆ ਹੋਇਆ ਇੱਕ ਕਿੱਲਾ ਤਕਰੀਬਨ ਨਹੀਂ ਇੱਕ ਕਿੱਲੇ ਨਾਲ ਘੱਟ ਜਗ੍ਹਾ ਬਣਦੀ ਵੀ ਕੱਖ ਬਣਦਾ ਥੋੜੀ ਦੇਰ ਤਕਰੀਬਨ ਸਾਲ ਡੇਢ ਬਾਅਦ ਉਹਦੀ ਵਾਈਫ ਵੀ ਫੋਤ ਹੋ ਗਈ ਹੁਣ ਬੱਚੇ ਨਾਨੀ ਨਾਨੀ ਕੋ ਛੋਟੇ ਛੋਟੇ ਸੀ ਬੱਚੇ ਤਕਰੀਬਨ ਵਿੱਚ ਛੋਟੇ ਵੀ ਤਕਰੀਬਨ ਐਡੇ ਬੜੇ ਨਹੀਂ ਸੀ ਛੋਟੇ ਛੋਟੇ ਸੀ ਤਕਰੀਬਨ ਆਪਣੀ ਨਾਨੀ ਕੋਲ ਰਹਿੰਦੇ ਹਾਂ ਹਾਂਜੀ ਆਹ ਕਣਕ ਗਿਰ ਗਈ ਸੀਗੀ ਸਾਰੀ ਥੋੜ੍ਹੀ ਬਣਾਈ ਅੱਜ ਇਸ ਤਰ੍ਹਾਂ ਦੀ ਆਵਾਮ ਨੇ ਬਣਾਉਣੀ ਆ ਕਪਾਹ ਸੋਹਣੀ ਮਾਸ਼ਾ ਅੱਲਾਹ ਅੱਲਾਹ ਕਰੇ ਸਾਡੀ ਵੀ ਇਸ ਤਰ੍ਹਾਂ ਆਪਣੀ ਆਪਣੀ ਕਿਸਮਤ ਹੁੰਦੀ ਦੇਖੋ ਹਾਂਜੀ ਇਹ ਤਾਂ ਗੱਲ ਹੈ ਆਪਣੀ ਆਪਣੀ ਕਿਸਮਤ ਦੀ ਗੱਲ ਹਾਂਜੀ ਬਿਲਕੁਲ ਮੇਰਾ ਦੇਖੋ ਗਾਣਾ ਚਲਾ ਰਹੀ ਹੈ ਮੇਰਾ ਨਾ ਕਰੋ ਬੇਟਾ ਅਸੀਂ ਤਕਰੀਬਨ ਘਰ ਪਹੁੰਚ ਚੱਲੇ ਹਾਂ ਆ ਦੋ ਤਿੰਨ ਜਗ੍ਹਾ ਤੇ ਪਈ ਹੈ ਬਸ ਖਾਣਾ ਤਕਰੀਬਨ ਸਾਡੇ ਇਲਾਕੇ ਚ ਨੇੜੇ ਲੱਗੀ ਥੋੜੀ ਥੋੜੀ ਰਹਿ ਗਈ ਸਾਡੇ ਇਲਾਕੇ ਜ਼ਿਆਦਾ ਐਤਕੀ ਤੇ ਮੇਰੇ ਬੂਲੇ ਵੀ ਆਪਣਾ ਜਲਦੀ ਵਿਹਲੇ ਹੋ ਗਏ ਆ ਉਹਨਾਂ ਨੇ ਵੀ ਕੱਢ ਲਈ ਕਣਕ ਦੂਸਰਾ ਨਮਕੋਨ ਵਾਲਾ ਪਾਣੀ ਜਿਹੜਾ ਹੈ ਨਾ ਬਣਾ ਕੇ ਰੱਖਣ ਡਾਕਟਰ ਨੇ ਕਿਹਾ ਉਹੀ ਦੇਣਾ ਚਲੋ ਸਹੀ ਫਿਲਹਾਲ ਤਾਂ ਹੀਰਾ ਬੇਟ ਕਹਿੰਦੇ ਮੈਂ ਆਪਣੇ ਬੇਟੇ ਨੂੰ ਪਕੜ ਲਿਆ ਮੈਂ ਬੋਤਲ ਤੋਂ ਪੂਰਾ ਕਿਹਾ ਸੀ ਲੀਟਰ ਡਾਕਟਰ ਨੇ ਕਿਹਾ ਕਿ ਪਾਣੀ ਪਿਲਾਉਣਾ ਵਾ ਸ਼ਾਇਦ ਮੈਂ ਜ਼ਿਆਦਾ ਪਿਆ ਕੋਲ ਚਾਹ
जी बेटा तेरे छाड़ मैं वहाँ दवाई दियो बुखार उतर चंगा करता जेड़ा जाले बुखार च टीका लांदे आ ना ठीक ठाक बड़ी सोहनी बाबा 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 आ जा